श्री हरिमंदर साहब विच SGPC दी टास्क फोर्स अते सिख संगत विचकार होए टकराव ते साबका मंत्री सिकंदर सिंह मलूखा ने अपना पक्ष मीडिया सामने रखिया। ਉਹਨਾਂ ਇਸ ਘਟਨਾ ਨੂੰ ਨਿੰਦਦੇ ਹੋਏ ਕਿਹਾ ਕਿ SGPC ਹੀ ਇੱਕ ਅਜਿਹੀ ਧਾਰਮਿਕ ਸੰਸਥਾ ਹੈ ਜੋ ਲੋਕਾਂ ਦੁਆਰਾ ਚੁਣੀ ਜਾਂਦੀ ਹੈ ਅਤੇ ਸਿੱਖਾਂ ਦੀ ਸਿਰਮੋਰ ਸੰਸਥਾ ਹੈ, ਪਰ ਕੁਝ ਲੋਕ ਇਸ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰ ਰਹੇ ਨੇ। ਉਹਨਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਸਰੂਪ ਮਾਮਲੇ ਵਿੱਚ ਜਾਂਚ ਹੋ ਚੁੱਕੀ ਹੈ ਅਤੇ ਇਸ ਮਾਮਲੇ ਵਿੱਚ ਆਰੋਪੀ ਵੀ ਸਾਹਮਣੇ ਆ ਚੁੱਕੇ ਨੇ, ਪਰ ਕੁਝ ਲੋਕ ਸੰਸਥਾ ਨੂੰ ਬਦਨਾਮ ਕਰ ਰਹੇ ਨੇ ਅਤੇ ਉਸ ਪਵਿੱਤਰ ਜਗ੍ਹਾ ਤੇ ਧਰਨੇ ਜਾਂ ਝਗੜੇ ਕਰਨਾ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ। ਉਹਨਾਂ ਵੱਲੋਂ ਜਾਣ ਬੁੱਝ ਕੇ ਧਰਨੇ ਲਗਾਏ ਜਾ ਰਹੇ ਨੇ ਤੇ ਝਗੜੇ ਕੀਤੇ ਜਾ ਰਹੇ ਨੇ ਤਾਂ ਕਿ ਇਹ ਗੱਲ ਜ਼ਿਆਦਾ ਫੈਲੇ। ਪੱਤਰਕਾਰਾਂ ਨਾਲ ਹੋਈ ਬਸਲੂਕੀ ਤੇ ਉਹਨਾਂ ਨੇ ਕਿਹਾ ਕਿ ਪ੍ਰਬੰਧਕਾਂ ਦੁਆਰਾ ਇਸ ਮਾਮਲੇ ਵਿੱਚ ਮਾਫੀ ਮੰਗੀ ਜਾ ਚੁੱਕੀ ਹੈ। ਵੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਨੀਆ ਦੀ ਇੱਕ ਵਾਹਦ ਐਸੀ ਹੈਗੀ ਹੈ ਧਾਰਮਿਕ ਸੰਸਥਾ ਜਿਹੜੀ ਲੋਕਾਂ ਦੀਆਂ ਵੋਟਾਂ ਨਾਲ ਚੁਣੀ ਜਾਂਦੀ ਹੈ। ਹੋਰ ਕਿਸੇ ਵੀ ਧਰਮ ਦੀ ਕੋਈ ਇਹੋ ਜਿਹੀ ਸੰਸਥਾ ਨਹੀਂ ਜਿਹੜੀ ਐਡੀ ਵੱਡੀ, ਜਿਹੜੇ ਸਾਰੇ ਸਿਸਟਮ ਦਾ ਇੰਤਜ਼ਾਮ ਕਰਦੀ ਹੋਵੇ ਅਤੇ ਜਿਹਦੇ ਵੋਟਾਂ ਨਾਲ ਚੁਣੀ ਜਾਂਦੀ ਹੋਵੇ 5 ਸਾਲ ਬਾਅਦ। ਇਹ ਬੜੀਆਂ ਵੱਡੀਆਂ ਲੜਾਈਆਂ ਲੜ ਕੇ ਸਾਡੇ ਬਜ਼ੁਰਗਾਂ ਨੇ ਇਹ ਪ੍ਰਾਪਤ ਕੀਤੀਆਂ ਨੇ। ਕੁਛ ਬੰਦਿਆਂ ਨੂੰ ਇਹ ਚੀਜ਼ ਫਿੱਟ ਨਹੀਂ ਆ ਰਹੀ, ਉਹ ਲੋਕਾਂ ਦੇ ਉੱਤੇ ਵਿਸ਼ਵਾਸ ਨਹੀਂ ਰੱਖਦੇ। ਚਾਹੀਦਾ ਤਾਂ ਉਹਨਾਂ ਲੋਕਾਂ 'ਤੇ ਵਿਸ਼ਵਾਸ ਰੱਖਣਾ ਚਾਹੀਦਾ ਜਦੋਂ 5 ਸਾਲ ਬਾਅਦ ਚੋਣਾਂ ਆ ਜਾਣ, ਉਦੋਂ ਚੋਣਾਂ ਲੜ ਕੇ ਜੇ ਪ੍ਰਬੰਧ ਠੀਕ ਨਹੀਂ ਲੱਗਦਾ ਤਾਂ ਉਹ ਬਦਲ ਦੇਣ ਪ੍ਰਬੰਧ ਨੂੰ। ਉਹ ਲੋਕਾਂ 'ਤੇ ਵਿਸ਼ਵਾਸ ਨਹੀਂ ਕਰਦੇ, ਉਹ ਬਦਨਾਮ ਕਰਨਾ ਚਾਹੁੰਦੇ ਨੇ ਇਸ ਸਿਸਟਮ ਨੂੰ ਜਾਤੀ ਦੇ ਉੱਤੇ। ਉਹ ਹੋਰ ਦੇਖੋ, ਗੁਰੂ ਗ੍ਰੰਥ ਸਾਹਿਬ ਜਿਹੜਾ ਉਹਨਾਂ ਦਾ ਮੁੱਦਾ ਹੈਗਾ ਇਸ ਵੇਲੇ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਘੱਟ ਪਾਏ ਗਏ ਨੇ ਉੱਥੇ, ਉਹ ਰਿਪੋਰਟ ਵੀ ਹੋ ਗਈ, ਇਨਕੁਆਇਰੀ ਵੀ ਹੋ ਗਈ, ਉਹਦੇ 'ਚ ਆ ਗਿਆ ਸਾਫ਼ ਕਿ ਕਿਤੇ ਗੁੰਮ ਨਹੀਂ ਹੋਏ, ਕਿਤੇ ਗੁਆਚੇ ਨਹੀਂ। ਉਹ ਬੰਦਾ ਜਿਹੜਾ ਉੱਥੇ ਕੰਮ ਕਰਦਾ ਸੀ ਉਹ ਪੈਸੇ ਲਈ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਦੇ ਹੀ ਗਿਆ, ਉਹਨੇ ਪੈਸੇ ਜਮ੍ਹਾਂ ਨਹੀਂ ਕੀਤੇ, ਉਹ ਖੁਦ ਵੀ ਬਣਿਆ ਪਹਿਲਾਂ, ਸਸਪੈਂਡ ਵੀ ਹੋਇਆ ਸੀ, ਉਹ ਆ 7-8 ਲੱਖ ਰੁਪਇਆ ਖਾ ਗਿਆ ਉਹ ਸਾਰੇ, ਉਹ ਸਾਰਿਆਂ ਨੂੰ ਪਤਾ ਲੱਗ ਗਿਆ, ਕੋਈ ਰੌਲਾ ਨਹੀਂ ਉਸ ਗੱਲ ਦੇ ਵਿੱਚ। ਉੱਧਰ ਲੱਭਣ ਲੱਗੇ ਪਏ ਆ ਵੀ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਗਏ ਪਰਚੀ ਨਹੀਂ ਕਟਾਈ ਕਿਸੇ ਨੇ, ਪੈਸੇ ਦੇ ਤੇ, ਉਹ ਕੋਸ਼ਿਸ਼ਾਂ ਜਾਰੀ ਹੈ, ਸ਼ਾਇਦ ਹੌਲੀ ਹੌਲੀ ਗੁਰੂ ਕਿਰਪਾ ਕਰੇਗਾ ਸਾਰਾ ਲੱਭ ਜਾਏਗਾ। ਹੁਣ ਇਹ ਜਿਹੜੀਆਂ ਸਤਿਕਾਰ ਕਮੇਟੀਆਂ ਜਾਂ ਹੋਰ ਵੀ ਲੋਕ ਨੇ ਕਾਫੀ ਬਿਆਨਬਾਜ਼ੀ ਕਰਦੇ ਨੇ, ਇਹਨਾਂ ਦਾ ਮਕਸਦ ਕੋਈ ਨਾ ਤਾਂ ਗੁਰੂ ਗ੍ਰੰਥ ਸਾਹਿਬ ਭਾਲਣਾ। ਪਹਿਲਾਂ ਤੁਸੀਂ ਇਹ ਹੀ ਲੈ ਲਓ ਵੀ ਸਾਡੇ 'ਤੇ ਇਲਜ਼ਾਮ ਲਾਉਂਦੇ ਸੀ ਬਰਗਾੜੀ ਸਾਹਿਬ ਵਾਲਾ, ਜਿਹੜਾ ਜਵਾਹਰ ਸਿੰਘ ਵਾਲੇ ਤੋਂ ਗੁਰੂ ਗ੍ਰੰਥ ਸਾਹਿਬ ਚੋਰੀ ਹੋਇਆ ਸੀਗਾ, ਉਹਦਾ ਇਲਜ਼ਾਮ ਵੀ ਅਕਾਲੀ ਦਲ ਨੇ ਨਹੀਂ ਕੁਛ ਕੀਤਾ। ਹੁਣ ਤਾਂ 4.5 ਸਾਲ ਕਾਂਗਰਸ ਦੀ ਸਰਕਾਰ ਨੂੰ ਹੋ ਗਿਆ, ਲੱਭ ਲਿਆ ਗੁਰੂ ਗ੍ਰੰਥ ਸਾਹਿਬ, ਅੱਜ ਤੱਕ ਨਹੀਂ ਲੱਭਿਆ ਕਾਂਗਰਸ ਪਾਰਟੀ ਨੇ, ਕਿਤੇ ਨਹੀਂ ਲੱਭਿਆ। ਬਸ ਹੋਰ ਉਲਟੇ ਪਾਸੇ ਪੋਲੀਟੀਕਲ ਗੇਮ ਨੂੰ ਘੁਮਾਈ ਜਾਂਦੇ ਆ, ਉਧਰਲੇ ਪਾਸੇ ਤਾਂ ਤੋਰੀ ਨਹੀਂ ਰਹੇ, ਉਹਨਾਂ ਦੇ ਘਰਦਿਆਂ ਨੇ ਵੀ ਕਹਿਤਾ ਜਿਹਨਾਂ ਦੇ ਬੰਦੇ ਮਰੇ ਆ ਵੀ ਇਹ ਗਲਤ ਪਾਸੇ ਗੇਮ ਨੂੰ ਲਈ ਜਾਂਦੇ ਆ। ਸੋ ਇਵੇਂ ਜੀ ਕੀ ਹੈ ਜਿਹੜੀਆਂ ਲੱਗੀਆਂ ਨਾ ਜਥੇਬੰਦੀਆਂ, ਮੈਂ ਤਾਂ ਉਹਨਾਂ ਨੂੰ ਹੱਥ ਬੰਨ ਕੇ ਅਪੀਲ ਕਰਦਾ ਕਿ ਰੱਬ ਦਾ ਵਾਸਤਾ, ਤੁਸੀਂ ਜਾਤੀ ਗੱਲਾਂ ਨੂੰ ਛੱਡ ਕੇ ਤੁਸੀਂ ਇਹ ਸ਼੍ਰੋਮਣੀ ਕਮੇਟੀ ਜਿਹੜੀ ਮਸਾਂ ਆਪਣੇ ਬਜ਼ੁਰਗਾਂ ਨੇ ਬਹੁਤ ਕੁਰਬਾਨੀਆਂ ਤੋਂ ਬਾਅਦ ਬਣਾਈ ਹੈ, ਇਹਨੂੰ ਬਦਨਾਮ ਨਾ ਕਰੋ, ਇਹਨੂੰ ਤੁਸੀਂ ਹੋਰਾਂ ਲੋਕਾਂ ਦੇ ਹੱਥੇ ਚੜ੍ਹ ਕੇ ਇਹਨੂੰ ਬਦਨਾਮ ਕਰਨ 'ਤੇ ਲੱਗੇ ਆ। ਜੇ ਕੋਈ ਮਸਲਾ 'ਤੇ ਬੈਠ ਕੇ ਹੱਲ ਹੋ ਸਕਦਾ, ਹਰਿਮੰਦਰ ਸਾਹਿਬ 'ਚ ਧਰਨੇ ਲਾਈਏ, ਮੁਜ਼ਾਹਰੇ ਕਰੀਏ, ਥਾਂ ਰੁਕ ਗਏ, ਲੋਕਾਂ ਦੇ ਨਾਂਘਿਆਂ 'ਚ ਬੈਠ ਗਏ, ਇਹ ਕੋਈ ਚੰਗੀਆਂ ਰਵਾਇਤਾਂ ਨਹੀਂ ਹੈਗੀਆਂ ਸਾਡੇ ਵਾਸਤੇ। ਗੁਰੂ ਘਰ ਆ, ਉਹਨੂੰ ਗੁਰੂ ਘਰ ਹੀ ਰਹਿਣ ਦਿਓ, ਬਾਕੀ ਪਲੇਟਫਾਰਮ ਆਪਣੇ ਕੋਲ ਬਹੁਤ ਹੈ, 1-2 ਸਾਲ ਨੂੰ ਵੋਟਾਂ ਆ ਜਾਣੀਆਂ ਸ਼੍ਰੋਮਣੀ ਕਮੇਟੀ ਦੀਆਂ। ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਚੋਣ ਲੜ ਦਿਓ, ਜਿੱਤ ਜਾਓਗੇ ਤੁਸੀਂ ਚਲਾ ਲਿਓ ਪ੍ਰਬੰਧ, ਨਹੀਂ ਜਿਹੜੇ ਲੋਕ ਜਿਹਨੂੰ ਜਿਤਾਉਣਗੇ ਉਹ ਚਲਾਉਣਗੇ ਪ੍ਰਬੰਧ। ਸੋ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਦੀ, ਹੋਰ ਕੋਈ ਰੌਲਾ ਨਹੀਂ ਰੱਪਾ ਨੇ। ਇਹ ਜਾਣ ਬੁੱਝ ਕੇ ਜਾਂਦੇ ਆ ਵੀ ਉੱਥੇ ਟਕਰਾਓ ਕਰਨ, ਫਿਰ ਟਕਰਾਓ ਦੇ ਵਿੱਚ ਝਗੜਾ ਹੋਵੇ, ਫਿਰ ਜਿਵੇਂ ਆਪਣੀ ਗੱਲ ਆ ਗਈ, ਫਿਰ ਖਬਰਾਂ ਲੱਗਣ ਵੀ ਉੱਥੇ ਜੀ ਕੁੱਟਿਆ ਜੀ, ਕਿਸੇ ਨੂੰ ਮਾਰਿਆ ਜੀ, ਕਿਤੇ ਧੱਕਾ ਹੋ ਗਿਆ। ਕਈ ਵਾਰੀ ਨਿੱਕੀ ਨਿੱਕੀ ਗੱਲ 'ਤੇ ਹੋ ਜਾਂਦੀਆਂ ਨੇ ਕਈ ਜਿਹੀਆਂ ਗੱਲਾਂ, ਅਸੀਂ ਕਹਿੰਦੇ ਹੋਣੀ ਨਹੀਂ ਚਾਹੀਦੀ, ਕੋਈ ਲੜਾਈ ਝਗੜਾ ਗੁਰੂ ਘਰਾਂ ਦੇ ਵਿੱਚ ਬਿਲਕੁਲ ਨਹੀਂ ਹੋਣਾ ਚਾਹੀਦਾ। ਸਰ, ਜਦੋਂ ਉੱਥੇ ਸਥਿਤੀ ਸੀਗੀ, ਜਿਹੜੇ ਪੱਤਰਕਾਰ ਉੱਥੇ ਕਵਰਿੰਗ ਕਰ ਰਹੇ ਸੀ, ਉਹਨਾਂ 'ਤੇ ਵੀ ਜਿਹੜੇ ਹਮਲੇ ਕੀਤੇ ਗਏ ਉੱਥੇ SGPC, ਉਹ ਅਸੀਂ ਤੁਹਾਡੇ ਪੇਪਰਾਂ ਦੇ ਵਿੱਚ ਪੜ੍ਹਿਆ, ਪਰ ਜਿਹੜਾ ਹੋ ਗਿਆ ਠੀਕ ਹੈ, ਮੈਂ ਮੰਨਦਾ ਪੇਪਰਾਂ ਦੇ ਵਿੱਚ ਆਇਆ, ਪਰ ਨਾਲ ਦੀ ਨਾਲ ਹੀ ਵੇਖੋ SGPC ਦੇ ਸਾਰੇ ਜ਼ਿੰਮੇਵਾਰ ਅਧਿਕਾਰੀਆਂ ਨੇ ਉੱਥੇ ਮਾਫੀ ਮੰਗ ਲਈ ਕਿ ਅਚਨਚੇਤ ਹੋ ਗਿਆ, ਅਸੀਂ ਉਹਦੀ ਸੌਰੀ ਫੀਲ ਕਰਦੇ ਹਾਂ, ਜਿਹਨੇ ਵੀ ਕੋਈ ਗਲਤੀ ਕੀਤੀ ਹੈ ਉਹਨੂੰ ਸਜ਼ਾ ਦਿਆਂ। ਨਾਲ ਹੀ ਉਹਨਾਂ ਬਹਿਬਲ ਕਲਾ ਗੋਲੀਕਾਂਡ ਮਾਮਲੇ 'ਚ ਮੁੱਖ ਆਰੋਪੀ ਇੰਸਪੈਕਟਰ ਪ੍ਰਦੀਪ ਨੂੰ ਸਰਕਾਰੀ ਗਵਾਹ ਬਣਾਉਣ ਤੇ ਉਹਨਾਂ ਨੇ ਕਿਹਾ ਕਿ ਜਾਂਚ ਟੀਮ ਵਿੱਚ ਮਾਮਲੇ ਵਿੱਚ ਰਾਜਨੀਤੀ ਕੀਤੀ ਜਾ ਰਹੀ ਹੈ ਤੇ ਜਾਣ ਬੁੱਝ ਕੇ ਮਾਮਲੇ ਨੂੰ ਹੋਰ ਪਾਸੇ ਮੋੜਿਆ ਜਾ ਰਿਹਾ ਹੈ। ਇਸ ਮੌਕੇ ਉਹਨਾਂ ਨੇ ਸਿੱਟ ਤੇ ਕਈ ਵੱਡੇ ਸਵਾਲ ਖੜੇ ਕੀਤੇ। ਵੇਖੋ, ਸਾਰਾ ਮੈਂ ਤਾਂ ਸਾਰਾ ਕਿਹਾ ਕਿ ਪੋਲੀਟੀਕਲ ਗੇਮ ਹੈ। ਮਨਤਾਰ ਸਿੰਘ ਬਰਾੜ ਨੇ ਕੀ ਗਨਾਹ ਕੀਤਾ, ਇਹਨੂੰ ਪਰਚੇ 'ਚ ਪਾਇਆ ਨੀ, ਕੀ ਗਿਆ, ਇਹਦੀ ਡਿਊਟੀ ਨਹੀਂ ਬਣਦੀ ਐਜ਼ MLA ਕਿ ਮੇਰੇ ਹਲਕੇ 'ਚ ਅਮਨ ਸ਼ਾਂਤੀ ਰਹੇ, ਟਕਾ ਰਹੇ, ਕੋਈ ਝਗੜਾ ਨਾ ਹੋਵੇ। IG ਕਦੇ ਵੱਡੇ ਵੱਡੇ ਉਮਰਾਂ ਨੰਗਲ ਨੂੰ ਵਿੱਚ ਪਰਚੇ 'ਤੇ ਪਾਇਆ, ਕਦੇ ਗੋਲੀਆਂ ਚਲਾਉਂਦੇ ਹੁੰਦੇ। ਹੁਣ ਵੀ ਇਹ ਗੇਮ ਜਿਹੜੇ ਉਹਦੇ ਬਿਆਨ ਦਵਾਏ ਆ ਜਿਹੜੇ ਹੈਗੇ, ਉਹਨੇ ਦਵਾਏ ਆ ਉਮਰਾਂ ਨੰਗਲ ਦੇ ਖਿਲਾਫ਼, ਅਤੇ ਇੱਕ ਦਵਾਈ ਆ DGP ਸੈਣੀ ਜਿਹੜਾ ਉਸ ਵੇਲੇ ਸੀ ਉਹਦੇ ਖਿਲਾਫ਼। ਇਹ ਹੁਣ ਗੇਮ ਨੂੰ ਪੋਲੀਟੀਕਲ ਪਾਸੇ ਤੋਰ ਲਿਆ, ਉਹ ਗੱਲ ਤਾਂ ਛੱਡ ਹੀ ਗਏ ਉਹ, ਤਾਂ ਹੁਣ ਉਹਨਾਂ ਦੇ ਪਰਿਵਾਰ ਨੇ ਕਹਿ ਤਾ ਸਾਡੀ ਤਾਂ ਗੱਲ ਛੱਡੋ, ਉਹਨਾਂ ਦੇ ਪਰਿਵਾਰ ਨੇ ਵੀ ਕਹਿ ਤਾ ਗੇਮ ਨੂੰ ਤੁਸੀਂ ਦੂਜੇ ਪਾਸੇ ਲਈ ਜਾਂਦੇ ਆ, ਉਹਨੇ ਰਿਟ ਕੀਤੀ, ਬਕਾਇਦਾ ਝਗੜਾ ਕੀਤਾ ਇੱਥੇ ਨਾਲ ਵੀ ਇਹ ਗਲਤ ਹੋ ਰਿਹਾ, ਪ੍ਰਦੀਪ ਤਾਂ ਸਾਡਾ ਦੋਸ਼ੀ ਹੈ ਗੋਲੀਆਂ ਚਲਾਉਣ 'ਚ, ਅਤੇ ਇਹਨੂੰ ਤੁਸੀਂ ਵਾਅਦਾ ਮਾਫ਼ ਕਰਕੇ ਛੱਡ ਰਹੇ ਹਾਂ ਕਿਸਮ ਨਾਲ।